ਇਹ 3-3 ਦੀ ਗੱਲ ਇਹ ਸਿੰਘ ਪਰਛਾਵਾਂ ਤੋਂ ਉਹਨਾਂ ਨੇ ਬਾਹਰ ਦੱਸਿਆ ਵੀ ਬਾਬਾ ਜੀ ਅੰਦਰ ਧੂੰਆਂ ਨਿਕਲ ਗਿਆ। ਅਤੇ ਸਿੰਘ ਪ੍ਰਸ਼ਾਦ ਵੰਡਦਾ ਉਹਨੇ ਆਣ ਕੇ ਬਾਹਰ ਦੱਸਿਆ ਵੀ ਬਾਬਾ ਜੀ ਅੰਦਰ ਧੂੰਆਂ ਨਿਕਲ ਲਿਆ। ਫਿਰ ਅਸੀਂ 5-7 ਸਿੰਘ ਭੰਜੇ ਆਏ ਹਾਂ ਤਾਂ ਉਹਨੇ ਜਿਹਨੂੰ ਚੰਦੋਈ ਨੂੰ ਅੱਗ ਪਈ ਆ ਉਹ ਭੱਜ ਕੇ ਆਣ ਕੇ ਵਧਾਉਂਦੇ ਲੈ ਗਏ ਇਹਨਾਂ ਧੂੰਆਂ ਅੰਦਰੋਂ ਗਾ ਰਹੇ ਕੱਚ ਕੁੱਚ ਤੋੜਿਆ ਉਹ ਜਿਹੜਾ ਉਤਲਾ ਚੰਦੋਏ ਦਾ ਮਤਲਬ ਜਿਹੜਾ ਸੇਕ ਸੀ ਸੜ ਸੜ ਕੇ ਉਹ ਮਹਾਰਾਜ ਸਰੂਪਾਂ ਦੇ ਉੱਤੇ ਡਿੱਗਾ। ਉਹਦੇ ਨਾਲ ਜਿਹੜੇ ਮਹਾਰਾਜ ਸੁਖਾ ਸਨ ਉਹ ਵੀ ਨੁਕਸਾਨੇ ਗਏ ਉਹ ਦਵਾ ਦਾ ਅਸੀਂ ਹੱਥਾਂ ਨਾਲ ਖਿੱਚ ਕੇ ਸਾਡੇ ਹੱਥਾਂ ਦੇ ਛਾਲੇ ਪਏ ਮੁੜ ਕੇ ਉਦੋਂ ਜਦੋਂ ਸਿੰਘ ਖਿੱਚਦੇ ਰਹੇ ਸਾਡੇ ਪਾਣੀ ਪਾਉਂਦੇ ਰਹੇ ਆਗੇ ਫਿਰ ਉਹ ਜਿਲਦਾਂ ਨੂੰ ਜਿਹੜਾ ਮਹਾਰਾਜ ਨੁਕਸਾਨ ਆਇਆ ਅਤੇ ਜਿਹੜਾ ਧੂੰਏ ਦਾ ਨੁਕਸਾਨ ਸਾਰੇ ਸਰੂਪਾਂ ਦਾ ਹੀ ਗਿਆ ਉਹ ਅਤੇ 11 ਸਰੂਪ ਹੀ ਜਿਹੜੇ ਨੇ ਜਾਂਦਾ 5 ਸਰੂਪ ਜਿਨ੍ਹਾਂ ਦੀਆਂ ਜਿਲਦਾਂ ਇਸ ਤਰ੍ਹਾਂ ਹੋਈਆਂ ਤਾਂ ਦੂਜੇ ਸਰੂਪ ਜਿਹੜੇ ਸਿੰਘਾਂ ਨੇ ਪਾਣੀ ਪਾਉਣ ਦੀ ਕੋਸ਼ਿਸ਼ ਕਰਕੇ ਸ਼ੀਸ਼ਾ ਤੋੜ ਕੇ ਸਾਰੇ ਬੜੀ ਤੜੀ ਯੁੱਧ ਦੇ ਨਾਲ ਅਸੀਂ ਅੱਗ ਬੁਝਾਈ ਸਾਰੇ ਸੰਗਤ ਨੇ ਪਿੰਡ ਦੇ ਨਾਲ ਜੀ। ਹਾਂਜੀ ਇਹ ਗੁਰਦੁਆਰਾ ਜਿਹੜੇ ਪ੍ਰਬੰਧਕ ਨੰਬਰਦਾਰ ਜਿਹੜੇ ਸਾਡੇ ਹੈਗੇ ਪ੍ਰਧਾਨ ਸਾਹਿਬ ਉਹਨਾਂ ਨੂੰ ਉਸੇ ਵੇਲੇ ਫੋਨ ਕਰਕੇ ਮੰਗਾਇਆ ਗਿਆ ਉਹਨਾਂ ਨੇ ਆਣ ਕੇ ਚੌਂਕੀ ਇੰਚਾਰਜ ਨੂੰ ਆਣ ਕੇ ਗੱਲਬਾਤ ਦੱਸੀ ਸਾਰੀ ਸ਼੍ਰੋਮਣੀ ਕਮੇਟੀ ਨੂੰ ਆਣੇ ਉਹਨਾਂ ਨੇ ਜਿੰਨਾ ਤਲਾਹ ਦਿੱਤੀ ਆ ਜਸਵੀਰ ਸਿੰਘ ਖਾਲਸਾ ਪ੍ਰਚਾਰਕ ਸ਼੍ਰੋਮਣੀ ਕਮੇਟੀ ਇਹ ਗੁਰਦੁਆਰਾ ਜੋਗੀ ਪੀਰ ਮਾਣੂਚਾਲ ਹਾਂਜੀ ਇਹ ਸੂਚਨਾ ਜੀ ਸਵੇਰੇ ਤਕਰੀਬਨ 8 ਵਜੇ ਮਿਲੀ ਹੈ ਜੀ। ਮੈਂ ਇੱਥੇ ਜੀ 9:30 ਵਜੇ ਆ ਗਿਆ ਇੱਥੇ ਆ ਕੇ ਦੇਖਿਆ ਵੀ ਇਹਨਾਂ ਦਾ ਪਹਿਲਾਂ ਕਿਹਾ ਸੀ ਵੀ ਇੱਕ ਮਹਾਰਾਜ ਦਾ ਪਾਵਨ ਸਰੂਪ ਜਿਹੜਾ ਉਹ ਅਗਨਪੇਟ ਹੋਇਆ ਪਹਿਲੀ ਰਿਪੋਰਟ ਇਹਨਾਂ ਦਿੱਤੀ ਸੀ ਵੀ ਚੰਦੋਆ ਅਤੇ ਕਰਮਾਲਾ ਅਗਨਪੇਟ ਹੋਇਆ ਅਤੇ ਮਹਾਰਾਜ ਸਰੂਪ ਬਚ ਗਿਆ। ਉਸ ਤੋਂ ਬਾਅਦ ਫਿਰ ਰਿਪੋਰਟ ਦੁਬਾਰਾ ਮਿਲੀ ਵੀ ਇਹ ਇੱਕ ਜਿਹੜਾ ਸਰੂਪ ਅਗਨਪੇਟ ਹੋਇਆ ਉਹ ਤੋਂ ਬਾਅਦ ਫਿਰ ਪ੍ਰਸ਼ਾਸਨ ਨੂੰ ਇਹਨਾਂ ਕਹਿਤਾ ਵੀ ਇੱਕੋ ਹੀ ਸਰੂਪ ਜਿਹੜਾ ਅਗਨਪੇਟ ਹੋਇਆ ਅਤੇ ਜਦੋਂ ਇਹ ਸਾਡੇ ਸਾਰੇ ਪ੍ਰਚਾਰਕ ਆ ਖਲੋਤੇ ਆ ਹੀਰਾ ਸਿੰਘ ਗੁਰਭਜਨ ਸਿੰਘ ਗੁਰਵਿੰਦਰ ਸਿੰਘ ਮੈਂ ਵੀ ਨਾਲ ਸੀਗਾ ਅਸੀਂ ਜਦੋਂ ਆ ਕੇ ਸਾਰਿਆਂ ਚੈੱਕ ਕੀਤੇ ਅਤੇ 10 ਸਰੂਪ ਗੁਰੂ ਮਹਾਰਾਜ ਦੇ ਜਿਹੜੇ ਪਾਵਨ ਸਰੂਪ ਆ ਉਹਨਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਦੇ ਵਿੱਚੋਂ 5 ਜਿਹੜੇ ਉਹ ਜ਼ਿਆਦਾ ਸੀ ਅਤੇ 5 ਘਟਿਆ ਅਤੇ ਸਵੇਰੇ ਰਿਪੋਰਟ ਮਿਲੀ ਆ ਅਤੇ ਕਲੀ ਵੀ ਇਹਨਾਂ ਕਰਤੀ ਆ ਅਤੇ ਬਾਕੀ ਸਮਾਨ ਜਿਹੜਾ ਉਹ ਸਾਰਾ ਬਾਹਰ ਕੱਢਦਾ ਉਹ ਦੇਖੋ ਝੂਠ ਬੋਲਿਆ ਨਾ ਜੀ ਇਹਨਾਂ ਦੇ ਇਹ ਕਿਹਾ ਸੀ ਵੀ ਚੱਲ ਇਹ ਗੱਲ ਨੱਪੀ ਜਾਊ ਪਰ ਐਡਾ ਵੱਡਾ ਹਾਦਸਾ ਹੋਵੇ ਤਾਂ ਇਹ ਗੱਲ ਨੱਪਣੀ ਨਹੀਂ ਚਾਹੀਦੀ। ਸ਼੍ਰੋਮਣੀ ਕਮੇਟੀ ਤਾਂ ਦੇਖੋ ਜੀ ਅਸੀਂ ਤਾਂ ਇਹੋ ਹੀ ਚਾਹੁੰਦੇ ਹਾਂ ਵੀ ਇੱਕ ਅੱਧੇ 'ਤੇ ਕਾਰਵਾਈ ਹੋਵੇ ਅਤੇ ਗਾਂਹ ਕੰਮ ਸੋ ਕੰਮ ਇਹ ਕੰਮ ਤਾਂ ਬਾਜੇ ਜਦੋਂ ਇਹਨਾਂ ਨੂੰ ਵਾਰ ਵਾਰ ਗ੍ਰੰਥੀਆਂ ਨੂੰ ਕਹਿੰਦੇ ਹਾਂ ਵੀ ਸੁੱਖ ਆਸਣ ਦੇ ਵਿੱਚ ਨਾ ਏਸੀ ਚਲਾਓ ਨਾ ਪੱਖੇ ਚਲਾਓ ਜਦੋਂ ਤੁਸੀਂ ਹਾਜ਼ਰ ਜੀ ਉਦੋਂ ਚਲਾਓ ਅਤੇ ਇਹ ਵਾਰ ਵਾਰ ਕਹਿਣ 'ਤੇ ਵੀ ਨਹੀਂ ਅੜਦੇ ਅਤੇ ਫਿਰ ਇਹਨਾਂ 'ਤੇ ਬਣਤੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ। ਯੋਗੀ ਪੀਰ ਜਿਹੜਾ ਇਹਨਾਂ ਲਿਖਿਆ ਜੀ ਬੜੀ ਵੱਡੀ ਇਹਨਾਂ ਦੀ ਅਣਗਹਿਲੀ ਹੈ ਗੁਰੂ ਗ੍ਰੰਥ ਸਾਹਿਬ 'ਤੇ ਇੱਕ ਵੀ ਅੱਖਰ ਕੋਈ ਕਿਸੇ ਨੂੰ ਪਾਉਣ ਦਾ ਅਧਿਕਾਰ ਨਹੀਂ ਪਰ ਇਹਨਾਂ ਲੋਕਾਂ ਨੇ ਨਿੱਜੀ ਜਾਇਦਾਦ ਸਮਝੀ ਉਹ ਰਮਾਲਿਆਂ 'ਤੇ ਵੀ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ 'ਤੇ ਵੀ ਲਿਖਿਆ ਹੈ ਇਹ ਵੀ ਇਸ ਗੱਲ ਤੋਂ ਵੱਡੇ ਦੋਸ਼ੀ ਹੈ। ਇਹ ਕਾਰਵਾਈ ਹੋਣੀ ਚਾਹੀਦੀ ਹੈ ਜੀ। ਇਹ ਬਾਬਾ ਜੋਗੀ ਪੀਰ ਦਾ ਗੁਰਦੁਆਰਾ ਹੈ ਇੱਥੇ ਮਾਣੂਚਾਲ ਪਿੰਡ 'ਚ ਇੱਥੇ ਤਲਾਹ ਮਿਲੀ ਵੀ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਹੈ ਅਤੇ ਸਰੂਪਾਂ ਨੂੰ ਨੁਕਸਾਨ ਪਹੁੰਚਿਆ ਮੌਕੇ 'ਤੇ ਅਸੀਂ ਪੜਤਾਲ ਕਰ ਰਹੇ ਹਾਂ ਪੜਤਾਲ ਕਰਨ ਤੋਂ ਬਾਅਦ ਜੋ ਵੀ ਦੇ ਲੈਂਦੇ ਇਹ
ਪੰਜ ਸਰੂਪਾਂ ਨੂੰ ਤਾਂ ਅੱਗ ਦੇ ਨਾਲ ਨੁਕਸਾਨ ਪਹੁੰਚਿਆ, ਕੁਝ ਪਾਣੀ ਬਾਅਦ 'ਚ ਨਾ ਅੱਗ ਬੁਝਾਉਣ ਵਾਸਤੇ ਪਾਇਆ, ਉਹਦੇ ਨਾਲ ਹੋਰ ਪੰਜ ਸਰੂਪ ਲੱਗੇ ਪਏ ਸੀ, ਉਹ ਵੀ ਗਿੱਲੇ ਵਗੈਰਾ ਹੋਏ ਨੇ। ਹਾਂ, CCTV ਕੈਮਰੇ ਲੱਗੇ ਨੇ ਉਹਨਾਂ ਦੇ, ਜੇ ਉਹ ਪਾਸਵਰਡ ਦੇ ਨਾਲ ਖੋਲ੍ਹ ਰਹੇ ਨੇ ਅਤੇ ਖੋਲ੍ਹ ਕੇ ਕਮਰੇ ਚੈੱਕ ਕਰਕੇ ਅਤੇ ਦੇਖ ਲੈਂਦੇ ਸਾਰਾ ਕੁਝ। ਹੋਰ ਤਾਂ ਨਹੀਂ ਇਸ਼ੂ ਹੈਗਾ ਕੋਈ। ਇਨਫੋਰਮੇਸ਼ਨ ਕਮੇਟੀ ਲਵਾਈ ਹੈ ਸਾਨੂੰ, ਗੁਰਦੁਆਰਾ ਕਮੇਟੀ।